देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। कांग्रेस के मैंबर पार्लीमेंट दिल्ली दी बुरुआं ते बैठे ने, चौधरी साहब क्यों नहीं गए? मैं जदों वो चल रहा सी उदों मैं कोविड पॉजिटिव सी, मेरी वो चल रही सी, क्वारंटाइन चल रही सी। जिहड़े वादे 2017 दे विच कीते सी की वो पूरे हो गए आ? वो एक एक करके पूरे हो रहे हैं, एक एक करके आलमोस्ट पूरे हो रहे हैं। किसानी अंदोलन लगातार जारी है, जिसते चलदियां बहुत सारी सरगर्मी जिहड़ी है देखी जा रही है, वो दिल्ली बार्डर ते भी देखी जा रही है। नाल दी नाल पंजाब दी सियासत दी गल करिए ते पंजाब दी सियासत भी जिहड़ी है पूरी तरह दे नाल गरमा चुकी है। गलबात करांगे मैंबर पार्लीमेंट मेरे नाल ने चौधरी संतोख सिंह जी। चौधरी साहब, सब तो पहला तो मैं तुहाडे को जानने की कोशिश ये करांगा कि कांग्रेस के मैंबर पार्लीमेंट दिल्ली दीआं बुरुआं ते बैठे ने, चौधरी साहब क्यों नहीं गए? देखो, जिहड़े तीनों ही फार्मर बिल हैगे वो एंटी फार्मर्स है और कांग्रेस पार्टी शुरू तो इन्हां दा विरोध कर रही है। जिस दिन पार्लीमेंट च इंट्रोड्यूस होए तो मैं उस दिन मेरा नोटिस सी और मैं इन्हां नूं इस नूं पोज कीता सीगा कि पार्लीमेंट दे अधिकार खेत्र च नहीं आउंदे क्योंकि एग्रीकल्चर स्टेट सब्जेक्ट है, इस करके तुसीं इह बिल वापस लाओ, अदरवाइज जिहड़ा इन्हां दे विच प्रोविजन जो कुछ भी बनाया गया वो किसानां दे हित विच नहीं है। जिस तरह मंडियां नूं खत्म करना, जिहड़ी कणक जां अपने राइस है उन्हां नूं एसेंशियल कमोडिटी चों कढ़ना, कॉन्ट्रैक्ट फार्मिंग कराउणा, इह सारियां ही किसानां दे विरोध सी। असीं उत्थे डट के विरोध कीता सी और उस तो बाद जिथे असी इनसाइड विरोध किया, असी बाहर भी उसका विरोध किया। असी सारे जिहड़े कांग्रेस मैंबर पार्लीमेंट जिहड़े लोक सभा दे सी, असी प्रेजिडेंट साहब नूं मिल जा रहे सी, उत्थे भी साडे नाल मैनले हैंडलिंग जिहड़ी उत्थे दी पुलिस ने कीती। उस तो बाद उत्थे जंतर मंतर ते भी ਸਾਡੇ MP ਬੈਠੇ ਸੀਗੇ। ਚੌਧਰੀ ਸਾਹਿਬ ਕਿ ਚੌਧਰੀ ਸਾਹਿਬ ਨਹੀਂ ਦਿਖੇ? ਮੈਂ ਜਦੋਂ ਉਹ ਚੱਲ ਰਿਹਾ ਸੀ ਉਦੋਂ ਮੈਂ ਕੋਵਿਡ ਪੋਜ਼ਿਟਿਵ ਸੀ, ਮੇਰੀ ਉਹ ਚੱਲ ਰਹੀ ਸੀਗੀ, ਕੁਆਰੰਟਾਈਨ ਚੱਲ ਰਹੀ ਸੀ। ਉਸ ਤੋਂ ਬਾਅਦ ਕਈ ਦਫਾ ਮੈਂ ਉੱਥੇ ਜਾ ਕੇ ਬੈਠ ਕੇ ਆਇਆ। ਸੋ ਸਾਡੇ ਸਾਥੀ ਉੱਥੇ ਬੈਠੇ, ਕੱਲ੍ਹ ਨੂੰ ਸਾਡਾ ਸੈਸ਼ਨ ਸ਼ੁਰੂ ਹੋ ਰਿਹਾ ਔਰ ਕੱਲ੍ਹ ਪ੍ਰੈਜੀਡੈਂਟ ਐਡਰੈਸ ਹੈ, ਫਿਰ 1 ਤਰੀਕ ਨੂੰ ਬਜਟ ਪੇਸ਼ ਹੋ ਰਿਹਾ। ਸੋ ਕਾਂਗਰਸ ਪਾਰਟੀ ਇਹਨਾਂ ਬਿੱਲਾਂ ਦਾ ਡਟ ਕੇ ਪਾਰਲੀਮੈਂਟ ਵਿੱਚ ਵਿਰੋਧ ਕਰੇਗੀ ਔਰ ਜਿਹੜੀ ਸਾਡੀ ਸੂਬੇ ਦੀ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਜੀ, ਸਾਡੀ ਸਰਕਾਰ ਪਹਿਲੀ ਸਰਕਾਰ ਸੀ ਭਾਰਤ ਵਰਸ਼ ਵਿੱਚ ਜਿਨ੍ਹਾਂ ਨੇ ਇਹਨਾਂ ਬਿੱਲਾਂ ਦੇ ਵਿਰੋਧ ਵਿੱਚ ਆਪਣੇ ਬਿੱਲਸ, ਆਪਣੇ ਜਿਹੜੇ ਕਾਨੂੰਨ ਆਪਣੀ ਵਿਧਾਨ ਸਭਾ ਵਿੱਚ ਬਣਾਏ, ਜਿਸ ਦੇ ਵਿੱਚ ਅਸੀਂ ਉਹਨਾਂ ਬਿੱਲਸ ਦੇ ਮੁਤਾਬਕ ਮਾਰਫਤ ਕੋਸ਼ਿਸ਼ ਕੀਤੀ ਕਿ ਅਸੀਂ ਜਿਹੜਾ ਦੇਸ਼ ਦਾ ਕਿਸਾਨ ਹੈ, ਪੰਜਾਬ ਦਾ ਕਿਸਾਨ ਹੈ, ਉਸਨੂੰ ਪ੍ਰੋਟੈਕਟ ਕਰ ਸਕੀਏ। ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਲੰਬਾ ਅਰਸਾ ਬੀਤ ਗਿਆ, 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਗਰਮੀ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਕਿਸਾਨ ਬੈਠੇ ਸੀਗੇ, ਉਸ ਤੋਂ ਬਾਅਦ ਹੁਣ ਪੂਰੀ ਠੰਡ ਵੀ ਨਿਕਲਣ 'ਤੇ ਆ ਗਈ ਹੋਈ ਹੈ, ਫਿਰ ਵੀ ਜਿਹੜੇ ਕੇਂਦਰ ਦੀ ਸਰਕਾਰ ਦਾ ਨਜ਼ਰੀਆ ਕੀ, ਰੱਦ ਕਿਉਂ ਨਹੀਂ ਕਰ ਰਹੀ ਕੇਂਦਰ ਸਰਕਾਰ? ਦੇਖੋ, ਦੇਸ਼ ਦਾ ਜਿਹੜੀਆਂ ਸਾਰੀਆਂ ਹੀ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਉਹ ਲੰਬੇ ਅਰਸੇ ਤੋਂ ਬੈਠੀਆਂ ਔਰ ਆਪਣੇ ਛੋਟੇ ਛੋਟੇ ਬੱਚਿਆਂ ਨੂੰ, ਮਹਿਲਾਵਾਂ ਨੂੰ, ਉਹਨਾਂ ਨੂੰ ਲੈ ਕੇ ਉੱਥੇ ਬੈਠੇ ਹੈ ਔਰ ਕੇਂਦਰ ਸਰਕਾਰ ਦਾ ਜਿਹੜਾ ਰਵੱਈਆ ਉਹ ਪੋਜ਼ਿਟਿਵ ਨਹੀਂ ਰਿਹਾ। ਕਿੰਨੇ ਗੇੜ ਜਿਹੜੇ ਜਿਹੜੀਆਂ ਡਿਸਕਸ਼ਨਸ ਹੋਈਆਂ ਉਹਨਾਂ ਦੇ ਨਾਲ, ਪਰ ਉਹ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਉਹ ਕਿਸਾਨਾਂ ਨੂੰ ਕੇਂਦਰ ਸਰਕਾਰ ਥਕਾ ਰਹੀ। ਇਹ ਲੋਕ ਰਾਜ ਪ੍ਰਣਾਲੀ ਹੈ ਦੇਸ਼ ਵਿੱਚ, ਜਿਹੜੇ ਕਾਨੂੰਨ ਆਏ, ਅਗਰ ਦੇਸ਼ ਦਾ ਜਿਹੜਾ ਕਿਸਾਨ ਹੈ, ਜਿਹੜਾ ਕਿ ਸਾਡਾ ਅੰਨਦਾਤਾ ਹੈ, ਉਹ ਸੜਕਾਂ 'ਤੇ ਬੈਠਾ, ਉਹ ਮਹਿਸੂਸ ਕਰ ਰਿਹਾ ਕਿ ਉਹਨਾਂ ਦੇ ਇਹ ਬਿੱਲ ਹਿੱਤ ਵਿੱਚ ਨਹੀਂ ਹੈ, ਤਾਂ ਕੇਂਦਰ ਸਰਕਾਰ ਨੂੰ ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਇਸ ਦੇ ਵਿੱਚ ਕੋਈ, ਮੈਂ ਸਮਝਦਾ ਕਿ ਈਗੋ ਨਹੀਂ ਰੱਖਣੀ ਚਾਹੀਦੀ, ਇਹ ਤਾਂ ਲੋਕ ਰਾਜ ਹੈ, ਲੋਕ ਕਹਿੰਦੇ ਨਹੀਂ ਸਾਨੂੰ ਚਾਹੀਦਾ, ਤਾਂ ਉਸ ਨੂੰ ਵਾਪਸ ਲੈਣਾ ਚਾਹੀਦਾ। ਉਸ ਤੋਂ ਬਾਅਦ ਡਿਸਕਸ਼ਨ ਦੇ ਵਿੱਚ ਜਿਹੜੇ ਸਟੇਕ ਹੋਲਡਰਸ ਹੈ ਉਹਨਾਂ ਨੂੰ ਬਿਠਾ ਕੇ ਉਹਨਾਂ ਨੂੰ ਦੁਬਾਰਾ ਇਹ ਕਰਨਾ ਚਾਹੀਦਾ। ਇਹ ਸਾਡਾ ਸਟੈਂਡ ਹੈ, ਅਸੀਂ ਸ਼ੁਰੂ ਤੋਂ ਇਹ ਕਹਿ ਰਹੇ ਸੀ। ਵਿਰੋਧੀਆਂ ਦੇ ਇਲਜ਼ਾਮ ਇਹ ਹੈ ਕਿ 2019 ਜਦੋਂ ਅਗਸਤ ਦੇ ਵਿੱਚ ਜਦੋਂ ਕਮੇਟੀ ਬਣਦੀ ਹੈ ਤਾਂ 10 ਮੈਂਬਰੀ ਕਮੇਟੀ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਮੈਂਬਰ ਸੀਗੇ। ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਪਤਾ ਸੀਗਾ ਕਿ ਇਹ ਬਿੱਲ ਆਉਣ ਵਾਲੇ, ਫਿਰ ਕਿਉਂ ਨਹੀਂ ਲੋਕਾਂ ਨੂੰ ਦੱਸਿਆ ਗਿਆ ਉਦੋਂ?
देखो कैप्टन अमरिंदर सिंह बड़े स्पष्ट ये कह चुके हैं कि पंजाब नू जदों कमेटी बनाई मैंबर ने से बनाया आम आदमी पार्टी ने पूरी आरटीआई पा के जड़ी है वो लिस्ट जड़ी है उजागर की थी नहीं पंजाब नू नहीं सी बनाया सारिया प्रोसीडिंग्स जड़ियाँ सारिया जड़ियाँ जड़ियाँ कैप्टन साहब ने वो स्पष्टीकरण उसका दिता प्रेस नू दिता उन्होंने और जिस तक मैं याद है कि जो नहीं सी बनाया असी भी इसकी आवाज़ उठाई सी भी सारा पंजाब क्यों इग्नोर कर रहे हैं जो बड़िया जो फैसला लेने उस तो बाद कि जी सा फाइनेंस मिनिस्टर गए फाइनेंस मिनिस्टर ने भी उसका सारा ही वेरवा जरा दिता कि जिस दिन वो मीटिंग अटेंड की उस दिन आइटम नहीं सी डिस्कशन नहीं होया खेती कानून नहीं हो इसका पंजाब नू एदे विच इनवॉल्व नहीं किया और बहुत सारे जरे चौधरी साहब सवाल वड्डा ये है कि जदों कमेटी बनती है एक आर टी आई पाई गई सी आम आदमी पार्टी वालों जी उन्होंने एक लिस्ट जाहिर की है जिद सत्तवें नंबर पर पंजाब के मुख्यमंत्री कैप्टन अमरिंदर सिंह जी वो शामिल सके उस तो बाद कैप्टन अमरिंदर सिंह जी का तर्क यह आता है जो अंदरलियां सगिया कि जेडे अपने खजाना मंत्री ने मनप्रीत सिंह बादल उस शिरकत कर रहे हैं हुण जेकर शिरकत करते हैं जेकर कैप्टन अमरिंदर सिंह की अगवाई दे शिरकत करते हैं तो की जेडे अपने खजाना मंत्री साहब आके दसणगे तो सही ना की होया खजाना मंत्री ने सारे डाकूमेंट सारी प्रोसीडिंग उन्होंने तो आप प्रेस नूं दसी है जब जिन्हों का तुम ना रहे कैप्टन साहब का और उन्होंने स्पष्टीकरण देता आप खुद परसनल उन्हें स्पष्टीकरण किया भी असी उस इनवॉल्व नहीं सी सानू इसका नॉलेज नहीं सी सानू इस दसिया नहीं गया बादल जी की लैन गए फिर जेकर जेकर कमेटी के अगवाई दे कैप्टन अमरिंदर सिंह की अगवाई जाते हैं गए कि गए कि आई डोंट थिंक भी जी कमेटी ओनली पर्टिकुलर इस काम वास्ते बनाई सी मैं जो समझदा क्योंकि जे मनप्रीत बादल खजाना मंत्री इज रिस्पोंसिबल परसन वो खुद कह रहे भी उत्थे ये डिस्कस नहीं होया वो पूरी प्रोसीडिंग दस रहे हैं आइटम दस रहे सो दैट मीनस के उन्होंने नहीं सी पता और सानू इनवॉल्व नहीं किया और असी शुरू तो देखो पंजाब एक सूबा जिसने ग्रीन रेवोल्यूशन जरा हरा इनकलाब लिया प्रताप सिंह कैरों के वक्त मैं छोटा हूँ मैं अपने अखी देखा क्योंकि थ्रू आउट मेरे पिता मास्टर गुरवंता सिंह एग्रीकल्चर मिनिस्टर है हरा इनकलाब पंजाब बेच डबल प्रोडक्शन ये सारी असी छोटे होंगे सामने आप देखी असी अपने पंजाब बेच पंजाब वो सूबा जिहड़ा कि अन्न भंडार सारा भरता पंजाब नूं साहब जदों हरी क्रांति की गल सी मैं तुहाडी गल नूं टोकांगा माफ करो जदों हरी क्रांति की गल सी ग्रीन रेवोल्यूशन की गल सी उदों किसान मोहरे हो के स्प्रेयां खादा पा के प्रोडक्शन वधाया गया अज उही किसान मजबूर हो के जिहड़ा दिल्ली दीआं ब्रूआं ते गल तीन खेती कानूनां दी नहीं है गल इह कि समें समें दीआं सरकारां ने किसान लई कीता कुछ नहीं है ये भी वड्डे सवाल है नहीं मैं तां तुहानूं पहलां दस्सिआ कि हरा इनकलाब कांग्रेस पार्टी ने लिया पंडित जवाहर लाल नहरू मेरे को हाले भी तो मैं अंदर फोटो दिखाना जी एग्रीकल्चर यूनिवर्सिटी है वो जी कह पंडित जवाहर लाल नहरू खुद वह इनाग्रेसन करना है प्रताप सिंह कैरों मुख्यमंत्री से मेरे पिता एग्रीकल्चर मिनिस्टर से मेरे पिता पंडित जी के नाल बैठे प्रोजाइड कर रहे सिमरन साहब सामने बैठे है सो एक बहुत व्डा इनकलाब कांग्रेस पार्टी ने लिया कांग्रेस किसानों के हित से पाखड़ा डैम ये उस कदों आई है कांग्रेस के रजीम च आए पर अज दुख की गल है कि इन्ना बड़ा किसानों का रोल है देश की इकोनमी वास्ते पहला बाहरों लियांदे सी असी जिहड़ा अन्न हुण असी बाहर भेजते हैं इस समर्था च समझे गल सो ये गल नहीं बहुत वड्डा जिहड़ा खेती का सुधार होया होया और साडियां सरकारां विच होया पर अज दुख की गल है कि नरेंद्र मोदी जी की जिहड़ी सरकार है उन्हां नूं जिहड़ियां अन्नदाते दीआं भावनावां उन्हां नूं समझना चाहिए और उन्हां ते एक्ट करना चाहिए जिद नहीं करनी चाहिए सो मैं समझदा कि सरकार नूं इमीजिएटली ये जिहड़े कानून है वापस लेने चाहिए तां कि जिहड़े किसान है सारे देश के सड़कों पर बैठे हैं वो अपने घर वापस जी सैशन के शमूलीयत करने जा रहे हैं चौधरी साहब किहड़े-किहड़े मुद्दे ने जिहड़े उठाओगे मेन तो मुद्दे यही है मुख्य मुद्दे तो यही है पहले तो यही रखांगे कल साड़ी जिहड़ी पार्टी है
पार्लीमेंट पार्टी उस दी मीटिंग होएगी, उस दे विच तय होएगा कि कड़े कड़े मुद्दे चकने। पर असी तो हमेशा हर सैशन किसानां दे मुद्दे, मैं तो हर सैशन आलमोस्ट किसानां दा मुद्दा, प्रोडक्शन दा मुद्दा, हर एक चीज़ असी उठाउंदे हां। असी ओपोजिशन दे बेंचां ते बैठे और असी हमेशा कोशिश करी दी कि जिहड़ी किसान है, मजदूर है, जिहड़ा दुकानदार है, जिहड़ा दलित है, उन्हां दे असी मुद्दे उत्ते और हुण फिर असी इह उठावांगे। 2022 की गल कर लैने आ, 2022 दे लई वी ते हुण तैयारियां जिहड़ियां है ਉਹ ਕਰ ਲਈਆਂ ਗਈਆਂ ਨੇ, ਵੱਖ ਵੱਖ ਪਾਰਟੀਆਂ ਦੇ ਵੱਲੋਂ ਜਿਹੜੀ ਸਰਗਰਮੀ ਹੈ ਉਹ ਦਿਖਾਈ ਜਾ ਰਹੀ ਹੈ। ਜਿਹੜੇ ਵਾਅਦੇ 2017 ਦੇ ਵਿੱਚ ਕੀਤੇ ਸੀ ਕੀ ਉਹ ਪੂਰੇ ਹੋ ਗਏ ਆ? 2022 ਦੇ ਵਿੱਚ ਕਿਸ ਤਰ੍ਹਾਂ ਉਹ ਇੱਕ ਇੱਕ ਕਰਕੇ ਪੂਰੇ ਹੋ ਰਹੇ, ਇੱਕ ਇੱਕ ਕਰਕੇ ਆਲਮੋਸਟ ਪੂਰੇ ਹੋ ਰਹੇ ਔਰ 2022 ਦੇ ਵਿੱਚ ਮੁੜ ਕੇ 34 ਸਭ ਸਵਾਲ ਲੋਕਾਂ ਦੇ ਨੇ ਜੋ ਚੋਣ ਮੈਨੂਫੈਸਟੋ ਦੇ ਵਿੱਚ ਦਿੱਤਾ ਸੀਗਾ 2017 ਦੇ ਵਿੱਚ, ਤੁਸੀਂ ਇਹ ਕਹਿ ਸਕਦੇ ਹੋ ਕਿਉਂਕਿ ਲੋਕਾਂ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ, ਵੱਡਾ ਜ਼ਿੰਮੇਵਾਰੀ ਲੋਕਾਂ ਨੇ ਤੁਹਾਡੇ ਸਿਰ ਦਿੱਤੀ ਹੋਈ ਹੈ, ਤੁਸੀਂ ਵੱਡੇ ਫਰਕ ਦੇ ਨਾਲ ਵਿਰੋਧੀਆਂ ਨੂੰ ਹਰਾਇਆ ਹੈ, ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਵੀ ਇਹ ਹੈ ਕਿ ਤੁਸੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਅੱਜ ਦੇਣੇ ਹੈ ਕਿ ਕੀ ਕਾਰਨ ਹੈ 2017 ਦੇ ਵਿੱਚ ਮੈਨੂਫੈਸਟੋ ਦੇ ਵਿੱਚ ਬਹੁਤ ਕੁਛ ਸੀਗਾ, ਕੀ ਉਹ ਵਾਅਦੇ ਪੂਰੇ ਹੋਏ ਨੇ? ਪਹਿਲਾ ਪ੍ਰਸ਼ਨ। ਆਲਮੋਸਟ ਨਹੀਂ ਹੋਏ ਚੌਧਰੀ ਸਾਹਿਬ, ਨਹੀਂ ਹੋਏ ਕਰਕੇ ਜਿਹੜੇ ਜਦੋਂ ਨਸ਼ਿਆਂ ਦੀ ਗੱਲ ਆਉਂਦੀ ਹੈ ਕੈਪਟਨ ਸਾਹਿਬ ਨੇ ਦੇਖੋ, ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਸੀ, ਨਸ਼ਿਆਂ 'ਤੇ ਕਾਬੂ ਪਾਇਆ, ਨਸ਼ਿਆਂ ਦੇ ਵੱਡੇ ਵੱਡੇ ਜਿਹੜੇ ਤਸਕਰ ਸੀ ਨਸ਼ਿਆਂ ਦੇ ਉਹਨਾਂ ਨੂੰ ਕੀਤਾ, ਜਿਹੜੀ ਰਿਹੈਬਲੀਟੇਸ਼ਨ ਹੋਰ ਜਿੰਨੀਆਂ ਵੀ ਜਿਹੜੀ ਉਹ ਕੋਸ਼ਿਸ਼ ਕੀਤੀ। ਅੱਜ ਜੋ ਉਸ ਵਕਤ ਹਾਲਾਤ ਉਹ ਅੱਜ ਨਹੀਂ ਗਏ, ਕਿਉਂਕਿ ਅਸੀਂ ਵੀ ਫੀਲਡ ਵਿੱਚ ਵੇਖਦੇ ਹਾਂ, ਅਸੀਂ ਖੁਦ ਮਤਲਬ ਉਦੋਂ ਇਸੇ ਕਰਕੇ ਉੱਥੇ ਕਸਮ ਖਾਧੀ ਸੀ ਕੈਪਟਨ ਸਾਹਿਬ ਨੇ, ਸਾਡੀ ਸਰਕਾਰ ਕਰੇਗੀ। ਸੋ ਬਹੁਤ ਹੱਦ ਤੱਕ ਜਿਹੜੇ ਕਿਉਂਕਿ ਕ੍ਰੋਸ ਦੀ ਬਾਰਡਰ ਜਿਹੜੇ ਹੈ ਇਹ ਸਾਰਾ ਕੁਛ ਬਹੁਤ ਸਾਰਾ ਸੀਗਾ, ਉਸ ਦੇ ਵਿੱਚ ਭਾਰਤ ਦੀ ਸਰਕਾਰ ਉਹਦਾ ਵੀ ਕੁਛ ਜੁੰਮਾ ਆ। ਸੋ ਮੈਂ ਸਮਝਦਾ ਕਿ ਬਹੁਤ ਵੱਡੇ ਹੱਦ ਤੱਕ ਜਿਹੜਾ ਨਸ਼ਿਆਂ 'ਤੇ ਅਸੀਂ ਠਰ ਪਾਈ। ਘਰ ਘਰ ਨੌਕਰੀ ਦੇਣ ਦਾ ਇੱਕ ਵਾਅਦਾ ਸੀਗਾ ਜਿਹੜਾ, ਕਿਉਂਕਿ ਸਭ ਤੋਂ ਵੱਡਾ ਮੁੱਦਾ ਹੈ ਅੱਜ ਜੇਕਰ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਪਿਛਲੇ 25-30 ਸਾਲਾਂ ਤੋਂ, ਚੌਧਰੀ ਸਾਹਿਬ ਤੁਸੀਂ ਤਾਂ ਸਿਆਣੇ ਹੋ, ਸੀਨੀਅਰ ਲੀਡਰ ਹੋ ਕਾਂਗਰਸ ਦੇ, ਇਹ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਜਿਹੜੀ ਪੰਜਾਬ ਦੀ ਆਵਾਮ ਨੂੰ ਗਲੀਆਂ ਨਾਲੀਆਂ ਦੇ ਵਿੱਚ ਤਾਂ ਕਿਤੇ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ, ਮੇਨ ਮੁੱਦੇ ਜਿਹੜੇ ਸੀਗੇ ਅੱਜ ਡਿਵੈਲਪਮੈਂਟ ਦੀ ਲੋੜ ਸੀ, ਅੱਜ ਰੁਜ਼ਗਾਰ ਦੀ ਲੋੜ ਸੀਗੇ ਸਾਡੇ ਨੌਜਵਾਨਾਂ ਨੂੰ, ਉਸ ਤੋਂ ਬਾਅਦ ਜਿਹੜੀ ਐਜੂਕੇਸ਼ਨ ਵਾਸਤੇ ਕੰਮ ਕਰਨਾ ਸੀਗਾ, ਸਿਹਤ ਸਹੂਲਤਾਂ ਦੇ ਲਈ ਕੰਮ ਕਰਨਾ ਸੀਗਾ, ਉਹ ਕਿਤੇ ਨਾ ਕਿਤੇ ਪਿਛੜਦਾ ਜਾ ਰਿਹਾ। ਦੇਖੋ ਜਿੱਥੇ ਤੱਕ ਤੁਸੀਂ ਬੇਰੁਜ਼ਗਾਰੀ ਦੀ ਗੱਲ ਕੀਤੀ ਹੈ, ਬਹੁਤ ਵੱਡੇ ਵੱਡੇ ਮੇਲੇ ਰੁਜ਼ਗਾਰ ਵਾਸਤੇ ਲਗਾਏ, ਮੈਂ ਖੁਦ ਉਹਨਾਂ ਮੇਲਿਆਂ ਨੂੰ ਕਈਆਂ ਨੂੰ ਇਨੋਗਰੇਟ ਕੀਤਾ ਆਪਣੇ ਜ਼ਿਲ੍ਹੇ ਵਿੱਚ, ਔਰ ਹਜ਼ਾਰਾਂ ਹੀ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਅਸੀਂ ਰੁਜ਼ਗਾਰ ਦਵਾਇਆ। ਜਿੱਥੇ ਤੱਕ ਜਿਹੜੇ ਸਰਕਾਰੀ ਨੌਕਰੀਆਂ ਹੁੰਦੀਆਂ ਉਹ ਵੀ ਹੁਣ ਨਿਕਲ ਰਹੀਆਂ, ਪਿੱਛੇ ਨਰਸਾਂ ਦੀਆਂ ਜਾਂ ਹੋਰ ਟੀਚਰ ਸਾਰੇ ਉਹ ਨਿਕਲ ਰਹੇ ਆ, ਔਰ ਮੈਂ ਸਮਝਦਾ ਕਿ ਕਿਉਂਕਿ ਜਿਹੜੀ ਗਵਰਨਮੈਂਟ ਇੰਪਲਾਇਮੈਂਟ ਹੁੰਦੀ ਹੈ ਉਹ ਕੁਛ ਨਿਰਧਾਰਿਤ ਹੁੰਦਾ ਵੀ ਇੰਨੇ ਕੀ ਅਸੀਂ ਰੱਖ ਸਕਦੇ, ਪਰ ਉਹ ਵੀ ਪ੍ਰੋਸੈਸ ਸ਼ੁਰੂ ਆ ਔਰ ਉਹ ਵੀ ਪੂਰੇ ਕਰਾਂਗੇ, ਚਾਹੇ ਉਹ ਡਾਕਟਰ ਹੈ ਚਾਹੇ ਉਹ ਟੀਚਰ ਹੈ। ਹੁਣ ਪੋਸਟਾਂ ਨਿਕਲ ਰਹੀਆਂ ਬਹੁਤ ਵੱਡੇ ਪੱਧਰ 'ਤੇ ਨਿਕਲ ਰਹੀਆਂ, ਔਰ ਮੇਰਾ ਖਿਆਲ ਸੀਐਮ ਸਾਹਿਬ ਦਾ ਬਿਆਨ ਸੀਗਾ ਪਿੱਛੇ ਜੇ ਕਿ ਇੰਨੀਆਂ ਅਸੀਂ ਨੌਕਰੀਆਂ ਦੇ ਰਹੇ, ਸੋ ਕਿਸੇ ਕਾਫੀ ਹੱਦ ਤੱਕ ਅਸੀਂ ਮੇਲਿਆਂ 'ਚ ਤਾਂ ਬਹੁਤ ਲੋਕਾਂ ਨੂੰ ਰੁਜ਼ਗਾਰ ਦਿੱਤਾ ਜੀ। ਲਾਸਟ ਸਵਾਲ ਹੈ ਜੀ, 2022 ਦੇ ਲਈ ਇੰਨਾ ਕੁ ਕੰਮ ਕਰ ਦਿੱਤਾ 17 ਤੋਂ ਲੈ ਕੇ 22 ਤੱਕ ਕਿ ਲੋਕਾਂ ਤੱਕ ਪਹੁੰਚ ਕਰ ਲਓਗੇ, ਵੋਟਾਂ ਹਾਸਲ ਕਰ ਲਓਗੇ ਔਰ 2022 ਦੇ ਵਿੱਚ ਦੁਬਾਰਾ ਤੋਂ ਸਰਕਾਰ ਬਣਾ ਲਓਗੇ? ਬਿਲਕੁਲ, ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ, ਅਕਾਲੀ ਦਲ ਜਿਹੜਾ ਉਹ ਬਿਲਕੁਲ ਖਤਮ ਹੋ ਚੁੱਕਾ, ਉਹਨਾਂ ਦੇ ਟੁਕੜੇ ਟੁਕੜੇ ਹੋ ਚੁੱਕੇ, ਔਰ ਜੋ ਉਹਨਾਂ ਦਾ ਰੋਲ ਸੀ ਆ ਇਹਨਾਂ ਬਿੱਲਸ ਦੇ ਵਿੱਚ ਉਹਨਾਂ ਤੋਂ ਉਹ ਐਕਸਪੋਜ਼ ਹੋ ਚੁੱਕੇ, ਉਹਨਾਂ ਦੀ ਕੋਈ ਗੱਲ ਨਹੀਂ ਇੱਥੇ, ਆਮ ਆਦਮੀ ਦੀ ਕੋਈ ਗੱਲ ਨਹੀਂ, ਉਹ ਵੀ ਐਕਸਪੋਜ਼ ਹੋ ਚੁੱਕੇ ਹੈ। ਭਾਰਤੀ ਜਨਤਾ ਪਾਰਟੀ ਲੋਕ ਬਹੁਤ ਜ਼ਿਆਦਾ ਦੁਖੀ ਹੈ, ਚਾਹੇ ਉਹ ਡੀਮੋਨੀਟਾਈਜੇਸ਼ਨ ਸੀ, ਉਸ ਤੋਂ ਬਾਅਦ GST ਆ ਗਿਆ, ਉਸ ਤੋਂ ਬਾਅਦ ਆ ਚੀਜ਼ਾਂ ਮਹਿੰਗਾਈ ਹੋਰ ਸਾਰੀਆਂ ਚੀਜ਼ਾਂ, ਔਰ ਹੁਣ ਆ ਜੋ ਬਿੱਲਸ ਲਿਆਉਂਦੇ ਆ ਇਹਨਾਂ ਤੋਂ ਬਹੁਤ ਲੋਕ ਦੁਖੀ ਹੈ। ਇਸ ਕਰਕੇ BJP ਵੀ ਦਾ ਜਿਹੜਾ ਗ੍ਰਾਫ ਬਿਲਕੁਲ ਬਹੁਤ ਨੀਚਾ ਆ ਗਿਆ, ਔਰ ਇਸ ਇਹਨਾਂ ਹਾਲਾਤਾਂ ਵਿੱਚ ਇਹ ਯਕੀਨੀ ਹੈ ਕਿ ਕਾਂਗਰਸ ਦੀ ਮੁੜ ਕੇ ਸਰਕਾਰ ਪੰਜਾਬ ਵਿੱਚ ਬਣੇਗੀ, ਔਰ ਜਿਹੜੀ ਸਾਡੀ ਸੰਕਲਪ ਹੈ ਕਿ ਪੰਜਾਬ ਨੂੰ ਸਹੀ ਬਹਿਨੇ 'ਚ ਇੱਕ ਹਿੰਦੁਸਤਾਨ ਦਾ ਪਹਿਲਾ ਸੂਬਾ ਬਣਾਉਣਾ, ਉਸ ਨੂੰ ਅਸੀਂ ਬਣਾਵਾਂਗੇ। ਚੌਧਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ, ਔਰ ਦਰਸ਼ਕੋ ਦਾਅਵਾ ਤਾਂ ਕਰ ਦਿੱਤਾ ਗਿਆ ਚੌਧਰੀ ਸਾਹਿਬ ਦੇ ਵੱਲੋਂ ਕਿ 2022 ਦੇ ਵਿੱਚ ਕਾਂਗਰਸ ਦੀ ਦੁਬਾਰਾ ਸਰਕਾਰ ਆਏਗੀ,
और गलबात इन्हां दे वल्लों साडे सवाल भी यही सीगे कि की 2017 दे विच जिहड़े मैनूफेस्टो नूं लै के जिहड़े वादे लै के मैदान दे विच कांग्रेस पार्टी उतरी सीगी कि वह वादे पूरे हो गए ने और इन्हां दे वल्लों तां यह कहा गया कि वादे काफ़ी हद तक पूरे हो गए ने पर सोचना तुसीं है वोटां तुसीं देणियां ने 2022 दे विच तुसीं किहदी सरकार बनाउणी है तुसीं सोचना है वादे पूरे होए ने नहीं पूरे होए तुहाडे मोढ़ियां दे उत्ते जिम्मेवारी है इस करके साडा काम है लोगों के जिहड़े प्रश्न ने वो जिहड़े साडे जिन्हां दे उपर तुसीं भरोसा दे के जिन्हां नूं जताया उन्हां तक लैके पहुँचना लैके देना इस करके दैनिक सवेरा की पहली जिम्मेवारी है कि तुहाडे जिहड़े सवाल ने इन्हां जिहड़े राजनीतिक लोग ने जिहड़े साडे आगू ने उन्हां तों पुछे जाण इस करके पूरी कोशिश हुंदी है कि तुहाडे जिहड़े सवाल ने वह वक्रे वक्रे तरीके दे वक्रे वक्रे लीडरां कोल असीं पुछ सकीए और उम्मीद है कि अज की जिहड़ी इंटरव्यू है तुहानूं पसंद आई होवेगी और चौधरी साहब का यह कहना है कि 2022 दे विच दुबारा तो कांग्रेस पार्टी की सरकार बनेगी। कैमरा परसन पवन के नाल मैं अमन चंद दैनिक सवेरा टीवी जलंधर। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84374 94647 84374 94648।